ਔਰ ਹੋਰ ਜਿੰਨੇ ਵੀ ਨੌਜਵਾਨ ਮੁੰਡੇ ਯੂਥ ਵਾਲੇ ਸਾਰੇ ਔਰ ਹੁਣੇ ਹੁਣੇ ਸਾਧੂ ਸਿੰਘ ਜੀ ਧਰਮ ਸੰਸਥਾ ਹੋਰ ਭਗਵੰਤ ਸੱਜਣ ਸਟੇਜ ਤੇ ਬੈਠੇ ਮੈਂ ਸਾਰਿਆਂ ਦਾ ਮੈਂ ਲੰਬੀ ਸ਼ਿਫਟ ਕਰੂੰਗਾ। ਉਸ ਤੋਂ ਬਾਅਦ ਕਲਾਕਾਰ ਜੀ ਬਹੁਤ ਸਾਰੇ ਲੱਗਣੇ ਆ ਕੁਛ ਜਿਉਣੇ ਸਾਨੂੰ ਤਾਂ ਸੌਂਦਾ ਹੀ ਨੀ ਕੁਛ ਮੁਰਗੀ ਉਹ ਸੁਣੀ ਹੈ ਸਾਊਂਡ ਇੱਧਰ ਬਣਾਇਓ ਭਾਈ ਇੱਧਰ ਸਾਊਂਡ ਯਾਰ ਸਾਡਾ ਕੰਮ ਨਹੀਂ ਖਰਾਬ ਰੇਟ ਪਾਉਣ ਵਾਲਿਆਂ ਦੇ ਉਧਰ ਨਾ ਭਾਜੀ ਮਾਈਕ ਬੰਦ ਕਰ ਦਿਓ ਪਲੀਜ਼ ਉਧਰ ਨਾ ਵਿੱਚ ਰੱਬ ਦੇ ਵਾਸ ਥੈਂਕ ਯੂ ਤੁਹਾਡਾ ਜਿਉਂਦੇ ਵਾਸ ਅਣ ਦੇਖ ਕੇ ਤੁਹਾਨੂੰ ਸੁਣਨਾ ਕੁਛ ਠੀਕ ਹੈ ਜੀ ਹੁਣ ਤਾਂ ਨਹੀਂ ਵਿੱਚ ਬੋਲੋਗੇ ਜਾਂਦੇ ਬੋੜੇ ਗੁੰਗੜੇ ਪਿੰਡ ਬੜਾ ਕੱਟ ਰਿਹਾ ਸੀ ਲੈ ਭਾਈ ਬੋੜੇ ਗੁਰ ਦੀ ਗੱਲ ਸੁਣਦਾ ਸਾਡੀ ਬੇਬੇ ਦੀ ਘੜੀ ਅੱਜ 20 ਸਾਲ ਪਹਿਲਾਂ ਬੋੜੇ ਗੁਰ ਡੇਗੀ ਸੀ ਕੋਈ ਹੋਏ 20 ਸਾਲ ਤਾਂ 20 ਸਾਲ ਪਹਿਲਾਂ ਅੱਛਾ ਪਰਸੋਂ ਆਈ ਚਲਦੀ ਨਿਕਲੀ ਚਲਦੀ ਨਿਕਲੀ ਇੱਕ ਚਲਦੀ ਰੁਕਣ ਆਈ ਉਸੇ ਬੋੜੇ ਨੂੰ ਚਾਹੀਦਾ 20 ਸਾਲ ਪਹਿਲਾਂ ਸਾਡਾ ਬੋੜਾ ਡੇਗਿਆ ਅੱਛਾ ਕੱਲ ਨਿਕਲਿਆ ਪਰਸੇ ਆ ਕੇ ਘਰੇ ਰੋਟੀ ਖਾ ਕੇ ਗਈ ਮੁੜ ਕੇ ਪਰ ਤੁਹਾਡਾ ਬੜਾ 20 ਸਾਲ ਬੋੜੇ ਗੁਰ ਕੀ ਕਰਦਾ ਸੀ ਤੁਹਾਡੀ ਬੋੜੀ ਦੀ ਘੜੀ ਨੂੰ ਚਾਹੀਦੀ ਹੁੰਦੀ ਤਲਵੰਡੀ ਰਾਏ ਜੀ ਜ਼ਰੂਰਤਮੰਦ ਬੇਟੀਆਂ ਦੀਆਂ ਮਾਇਸ਼ਾਂ ਦੀਆਂ ਕਰਨਾ ਨਾਰੀ ਜੀ ਮੇਰੇ ਨਾਲ ਜੁੜੇ ਹੋਏ ਆ ਕਿਆ ਹੁਣ ਜਿਹੜਾ ਪੈਸਾ ਹੈਗਾ ਉਹ ਡੋਨੇਟ ਹੀ ਕਰਦਾ ਮੈਂ ਸਰ ਥੈਂਕ ਯੂ ਕਹਿੰਦੇ ਪਤਾ ਲੱਗਿਆ ਅਮਰੀਕਾ ਜਾ ਕੇ ਕੈਨੇਡਾ ਜਾ ਕੇ ਹੈ 2-2.5 ਮਹੀਨੇ ਲੱਗ ਆਏ ਅਮਰੀਕਾ ਮੇਰੀ ਵਾੜੀ ਵਿੱਚ ਪਤਾ ਮੈਂ ਤਾਂ ਗਈ ਨਹੀਂ ਲੈ ਲਿਆ ਹਾਏ ਨੀ ਸੱਚੀ ਅੱਜ ਮੈਂ ਤੈਨੂੰ ਧਰੋੜ ਲਿਆ ਆਹੋ ਬੰਦੇ ਤੈਨੂੰ ਕੋ ਚੰਗਾ ਮਿਲ ਜਾ ਤੈਨੂੰ ਕੈਨੇਡਾ ਅਮਰੀਕਾ ਲੈ ਜਾ ਸਕਦਾ ਤਾਂ ਤੂੰ ਫਿਕਰਾਂ ਕਰੀ ਜਾਂਦਾ ਅਮਰੀਕਾ ਦੱਸ ਤਾਂ ਸਹੀ ਤਰ੍ਹਾਂ ਕਿਹੋ ਜਿਹਾ ਸ਼ਹਿਰ ਹੈ ਕਿਹੋ ਜਿਹਾ ਮੁਲਕ ਹੈ ਭੱਜਿਆ ਕੈਨੇਡਾ ਉਹ ਮੈਨੂੰ ਪਹਿਲੀ ਵਾਰੀ ਸੰਤ ਦੱਸੋ ਬੜੀ ਪ੍ਰੋਬਲਮ ਆ ਆਪਣਾ ਸਮਾਨ ਵਾਧੂ ਰੱਖੀ
ਵੀਜ਼ਾ ਮੇਰਾ ਭਰਿਆ ਜਦੋਂ ਬੜੀ ਚੋਰੀ ਕਰਨ ਲੈ
ਕਰਨਾ ਸਰਦਾਰ ਜੱਟ ਦਾ, ਇੰਨੀ ਜੱਟ ਦੀ ਪਰਸਨੈਲਿਟੀ ਸੀ, ਇੰਨਾ ਜੱਟ ਸੋਹਣਾ ਸੁਨੱਖਾ ਸੀ। ਅਮਰੀਕਾ ਗਿਆ ਸੀ ਉਹਨੂੰ ਨੀ ਮਿਲਿਆ, ਮਿਲਿਆ ਕੀ ਹਾਲ ਆ ਉਹਦਾ? ਉਹਦਾ ਤਾਂ ਬੜਾ ਮਾੜਾ। ਕਿਉਂ? ਦਾੜੀ ਨਹੀਂ ਸਾਫ। ਅੱਛਾ, ਮੁੱਛਾਂ ਵੀ ਸਾਫ। ਅੱਛਾ, ਤੇ ਸਿਰ ਦੀ ਜੈਸੀ ਕੱਟੀ ਉੱਠ ਜਾ ਆਪਣੇ ਪਰੇ ਖੰਡਾ ਜਿਵੇਂ ਚੱਕ ਮੈਂ ਜਿਹੜਾ ਤੇ ਸੁਣੀ ਤੇ ਸੌਣ ਦੇ ਮਹੀਨੇ ਕੜਾਈਆ ਮੋਟਾ ਮਾਰ। ਬਾਪੂ ਦਾ ਕੀ ਹਾਲ ਆ? ਕਹਿੰਦਾ ਜੀ ਉਹਨਾਂ ਤਾਂ 2 ਸਾਲ ਹੋ ਗਏ ਔਰ ਭਰਜਾਈ ਦਾ ਕੀ ਹਾਲ ਆ? ਭਾਬੀ ਨੂੰ 7-8 ਸਾਲ ਚਲਾ ਕੇ ਪੰਜਾਬ ਨੂੰ ਮੰਜੇ ਤੋਂ ਪੈਰ ਨੀ ਭੁੰਜੇ ਲੈਣ, ਬੇਬੇ ਵੀ ਕੰਮ ਦੇ ਦੋ। ਮੁੰਡਾ ਘਰੋਂ ਚੱਕ ਲੈਂਦਾ। ਕਿਵੇਂ ਬੇਚਾਰੇ ਥੱਲਾ ਥੱਲੇ ਲਾਈ ਬੈਠੇ ਇਹ ਮੇਰੇ ਸੌਦੇ ਆਪਣੇ ਸੰਤਿਆਂ ਚ ਆਉਂਦੇ ਰਹੋ ਜਵਾਨੀਆਂ ਮਾਣੋ ਤੁਰਦੇ ਕਰਕੇ 40 ਸਾਲ ਹੋ ਗਏ ਤੁਰੇ ਫਿਰਦੇ ਆ। ਖੁਸ਼ੀਆਂ ਤਾਂ ਖਤਮ ਹੋ ਗਈਆਂ, ਜ਼ਿਮੀਂਦਾਰਾਂ ਦਾ ਤਾਂ ਰੱਬ ਵੀ ਵੈਰੀ ਆ ਸੱਚੀ ਪੈਸੇ। ਬੀਬੀਆਂ ਦਾ ਨਿੱਕ ਸਫ਼ ਕਾਫੀ ਹੁੰਦਾ ਤੇ ਮੈਂ ਹਜੇ ਆਰਡਰ ਮਾਰ ਨਹੀਂ ਲੱਗਿਆ ਸੀ। ਅੱਛਾ, ਐਡਾ ਗੋਰਾ ਕਾਲਾ ਆਇਆ ਗੋਰਾ, ਮੈਨੂੰ ਪਿੱਛੇ ਜੇ ਕਰਕੇ ਪਹਿਲਾਂ ਹੀ ਦੁਕਾਨਦਾਰ ਨੂੰ ਆਰਡਰ ਮਾਰ ਕੀ ਕਹਿੰਦਾ ਪਲੀਜ਼ ਗੈਟ ਮੀ 700 ਹਾਏ ਹਾਏ 7 ਕੱਛੇ। ਮੈਂ ਕਿਹਾ ਹਾਕੇ ਕਰਦੀ ਯਾਰ ਕੱਲਾ ਕਹਿਰਾ ਬੰਦਾ ਇਹਨੇ 7 ਕੱਛੇ ਕਰਨੇ ਕੀ? ਸੋਚਣ ਵਾਲੀ ਗੱਲ ਆ। ਮੈਂ ਗੋਰੇ ਦੀ ਬਾਹ ਫੜ ਕੇ ਗਲੀ ਦੀ ਤੂੰ ਲੈ ਕਿਉਂ ਇਹ? ਮੈਂ ਕਿਹਾ ਗੋਰਾ ਜੀ ਇਹ ਤੁਸੀਂ 700 ਦੀ ਯਾਰ ਕੀ ਕਰਦੇ? ਗੋਰਾ ਨੇ ਕਹਿਤਾ, ਗੋਰਾ ਕਹਿੰਦਾ 1 for Sunday 2 for Monday 3 for Tuesday 4 for Wednesday। ਇਹਦਾ ਮਤਲਬ ਭੰਨਿਆ ਭਾਈ ਗੋਰੇ ਇੰਨੀ ਸਫਾਈ ਰੱਖਦੇ ਆ, ਹਫ਼ਤੇ ਵਿੱਚ ਜਿੰਨੇ ਦਿਨ ਆਉਂਦੇ ਨੇ ਨਿੱਕ ਧਾਂਦੇ ਨੇ, ਨਿੱਕ ਆਪਣੇ ਲੀੜੇ ਠੀਕ ਕਰਦੇ ਨੇ। ਚੁੱਪ ਕਰ ਜਾ, ਮਗਰ ਮਾਰੀਆਂ ਨੇ ਨਹਾਉਂਦੇ ਨੇ। ਅਸੀਂ ਪੰਜਾਬੀ ਬੰਦੇ ਕਹਿੰਦੇ ਘੱਟ ਨਹਾਉਂਦੇ, ਘੱਟ ਕੱਪੜੇ ਚੇਂਜ ਕਰਦੇ। ਉਹ ਤਾਂ ਠੀਕ ਆ, ਫਿਰ ਮੈਨੂੰ ਚੜ ਗਿਆ ਗੁੱਸਾ। ਮੈਂ ਕਿਹਾ ਮੈਂ ਤਾਂ ਫੋਨਾ ਕੋਰੇ ਨੂੰ ਜਾ ਟੈਂਕੀ ਕੀਤਾ, ਫਿਰ ਮੈਂ ਮਾਰਿਆ ਦੁਕਾਨਦਾਰ ਨੂੰ ਕੀ? ਮੈਂ ਕਿਹਾ ਗੋਰਾ ਜੀ ਪਲੀਜ਼ ਕਹਿੰਦੀ ਟਮੈਰ ਵੰਡਰ ਜੀ ਮਰ ਜਾਣੇ 12 ਕੱਛੇ। ਗੋਰਾ ਮੇਰੇ ਵੱਲ ਸਿੱਧਾ ਹੀ ਝਾਕਣ ਲੱਗ ਗਿਆ, ਗੋਰਾ ਤੇ ਪੀਤ ਜਾ। ਗੋਰਾ ਮੈਨੂੰ ਪੁੱਛੀ ਬਈ ਕੀ ਇਹ ਕਹਿੰਦਾ ਪੰਜਾਬੀ ਦੀ ਅੱਜ ਹੋਣਾ ਮੈਚ ਲੱਗਿਆ ਹੈ, ਕੁਛ
ਕੀਤਾ ਇਹਨੂੰ ਬੜੀ ਮੁਸ਼ਕਿਲ ਨਾਲ ਲੈ ਕੇ ਆਇਆ, ਫਾਈਨਲ ਮੈਚ ਬਾਅਦ ਕਰਾ ਲਓ ਤੁਸੀਂ, ਹੁਣ ਮੇਰਾ ਫਾਈਨਲ ਮੈਚ ਹੋ ਲੈਣ ਦੀ ਖੁਸ਼ੀ ਹੈਲੋ ਵੀਰ, ਹੈਲੋ ਭਾਜੀ ਪੁੱਛੋ, ਉਹ ਛੋਟੇ ਥੱਲੇ ਬੈਠੇ ਵੀਰੇ, ਹੈਲੋ ਅੱਗੇ ਖੁਸ਼ਦਾ ਬਾਪੂ ਜੱਫੀ ਪਾ ਕੇ ਅੱਜ ਗੁਰੂ ਸਾਹਿਬ ਸਾਜੀ ਰਾਤੀ ਨੇ ਤੇਰੇ ਨੇੜੇ ਕਿਵੇਂ ਲੱਗਣਾ ਇੰਨਾ ਮੁਸ਼ਕਾ ਦਾ ਦਰਸ਼ਨ ਅੱਜ ਤੋਂ 3 ਮਹੀਨੇ ਪਹਿਲਾਂ ਦੀ ਗੱਲ ਆ ਸਰ, ਕੀ ਮੈਂ ਕਿਤੇ ਹਵੇਲੀ ਵਾਲਾ ਦੇ ਘਰੇ ਚਲੇ ਲੋਕਾਂ ਨੂੰ ਖਾਣ ਨੂੰ ਰੋਟੀ ਨੀ ਮਿਲਦੀ, ਕੁੱਤਿਆਂ ਨੂੰ ਚੱਤਰ ਵੱਟੇਰੀ ਖਰੌਣੀ, ਕੁੱਤਿਆਂ ਵਾਸਤੇ ਏਸੀ ਆਇਆ ਹੋਇਆ, ਬੁਰਾ ਬੁਰੀ ਉਹਨਾਂ ਦੇ ਡੀਜ਼ਲ ਵਾਲੇ ਮੰਜਾ ਡਾ ਕੁੱਤੇ ਲੋਕਾਂ ਦਾ ਮੂੰਹ ਕੱਟੀ ਜਾਂਦੇ 3-4 ਗਾਈਆਂ ਚੁੱਕਦੇ ਚਾਰ ਉਧਰੋਂ ਬੰਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਥੈਂਕ ਯੂ ਜੀ, ਮੈਨੂੰ ਪਹਿਲਾਂ ਦੱਸਦੇ ਮੈਂ ਜਾਂ ਸਾਵਧਾਨ ਜਾਣਾ, ਥੈਂਕ ਯੂ ਹਾਂਜੀ।